ਇਸ ਕਰਕੇ ਪਾ ਰਹੀ ਹਾਂ ਜਿਹੜੀ ਗ੍ਰੇਵੀ ਹੈ ਵਧੀਆ ਬਣੇਗੀ ਮੋਟੀ ਸਬਜ਼ੀ ਆ ਦੇਖੋ ਕਿੰਨਾ ਸੋਹਣਾ ਤੇਲ ਆ ਗਿਆ ਨਾ ਉੱਪਰ ਮਸਾਲਾ ਸਾਡਾ ਭੁੱਜ ਗਿਆ ਤਾਂ ਚੰਗੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਘਰ ਦੇ ਵਿੱਚ ਛੋਲਿਆਂ ਦੀ ਸਬਜ਼ੀ ਬਣਾਉਣਾ ਸਿਖਾਉਣੀ ਆ ਆਪਣੇ ਤਰੀਕੇ ਨਾਲ ਕਾਲੇ ਚਨਿਆਂ ਦੀ ਕਾਲੇ ਛੋਲਿਆਂ ਦੀ ਸਬਜ਼ੀ ਉਹਦੇ ਵਾਸਤੇ ਕਿਹੜਾ ਕਿਹੜਾ ਸਮਾਨ ਚਾਹੀਦਾ ਦੋ ਪਿਆਜ਼ ਲਏ ਨੇ ਮੈਂ ਪਿਆਜ਼ ਐਡੇ ਛੋਟੇ ਦੋ ਪਿਆਜ਼ ਇਹਨੂੰ ਮੈਂ ਕੁੱਟ ਕੇ ਗ੍ਰੈਂਡ ਕਰਕੇ ਰੱਖ ਲਏ ਨੇ ਦੋ ਹਰੇ ਪਿਆਜ਼ ਦੋ ਛੋਟੇ ਆਲੂ ਚਾਰ ਹਰੀਆਂ ਮਿਰਚਾਂ ਹਰਾ ਧਨੀਆ ਧੋ ਕੇ ਪੱਤੀਆਂ ਰੱਖ ਲਈਆਂ ਨੇ ਕੜੀ ਪੱਤਾ ਧਨੀਆ ਪੀਸਾ ਹੋਇਆ ਥੋੜ੍ਹੀ ਜਿਹੀ ਦਾਲਚੀਨੀ ਮੇਥੀ ਸੁੱਕੀ ਮੇਥੀ ਲਸਣ ਕੁੱਟੀ ਹੋਈ ਅਦਰਕ ਕੁੱਟੀ ਹੋਈ ਦੋ ਟਮਾਟਰ ਲੈਣੇ ਮੈਂ ਤੇਲ ਇਹ ਸਬਜ਼ੀ ਬਣਾਉਣ ਵਾਸਤੇ ਤੇਲ ਤੁਸੀਂ ਕੋਈ ਵੀ ਯੂਜ ਕਰ ਸਕਦੇ ਹੋ ਸਰੋਂ ਦਾ ਤੇਲ ਲੈ ਲਓ ਰਿਫਾਇੰਡ ਉਹ ਲੈ ਜੋ ਮਰਜ਼ੀ ਅੱਛਾ ਇਹ ਨਮਕ ਹੈ ਗਰਮ ਮਸਾਲਾ ਹਲਦੀ ਸਾਬਤ ਜੀਰਾ ਇਹ ਕਾਲੇ ਚਨੇ ਨੇ ਇਹ ਮੈਂ ਉਬਾਲ ਕੇ ਰੱਖ ਲਏ ਨੇ ਰਾਤੀ ਮੈਂ ਇਹਨੂੰ ਧੋ ਕੇ ਭੇਕ ਰੱਖੇ ਸੀ ਹੁਣ ਮੈਂ ਸਵੇਰੇ ਉਹਨਾਂ ਨੂੰ ਉਬਾਲ ਲਏ ਨੇ ਚਾਰ ਪੰਜ ਸੀਟੀਆਂ ਮਰਾਈਆਂ ਨੇ ਆ ਦੇਖੋ ਗਲ ਗਏ ਨੇ ਇਸ ਤਰ੍ਹਾਂ ਦੇ ਹੋ ਗਏ ਨੇ ਇਹ ਛੋਲਿਆਂ ਦਾ ਪਾਣੀ ਸਬਜ਼ੀ 'ਚ ਪਾਵਾਂਗੇ ਜਿਹੜੇ ਉਬਾਲੇ ਨੇ ਅਤੇ ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਨੀ ਆ ਪਤੀਲਾ ਮੇਰਾ ਗਰਮ ਹੋ ਗਿਆ ਮੈਂ ਤੇਲ ਪਾਉਂਦੀ ਹਾਂ ਇੱਕ ਕੜਛੀ ਮੈਂ ਤੇਲ ਪਾਵਾਂਗੀ ਹੁਣ ਮੈਂ ਜੀਰਾ ਪਾਉਂਦੀ ਹਾਂ ਹਾਂ ਦੇਖੇ ਜੀਰਾ ਥੋੜ੍ਹਾ ਜਿਹਾ ਇੱਦਾਂ ਜੀਰਾ ਮਲ ਕੇ ਅਤੇ ਪਾਵੋ ਅਤੇ ਫਿਰ ਬਹੁਤ ਵਧੀਆ ਬਣਦੀ ਸਬਜ਼ੀ ਦਾਲਚੀਨੀ ਜੀਰਾ ਹੁਣ ਸਾਡਾ ਭੁੱਜ ਗਿਆ ਹੁਣ ਪਾਉਣੀ ਲਸਣ ਲਸਣ ਮੈਂ ਪੰਜ ਛੇ ਛਿੱਲੀਆਂ ਹੀ ਤੁਰੀਆਂ ਲਸਣ ਇਹਦੇ ਵਿੱਚ ਕਾਲੇ ਛੋਲਿਆਂ 'ਚ ਜ਼ਿਆਦਾ ਪਾਈ ਦੀ ਅਤੇ ਸਬਜ਼ੀ ਬਹੁਤ ਸਵਾਦ ਬਣਦੀ ਹੈ ਲਸਣ ਅਤੇ ਅਦਰਕ ਕੁੱਟ ਕੇ ਜ਼ਿਆਦਾ ਪਾਓ ਅਤੇ ਸਬਜ਼ੀ ਬਹੁਤ ਟੇਸਟੀ ਬਣਦੀ ਅਦਰਕ ਅਦਰਕ ਦੇਖੋ ਦੋ ਚਮਚੇ ਪਾਇਆ ਮੈਂ ਥੋੜ੍ਹਾ ਜਿਹਾ ਲਾਲ ਹੁੰਦਾ ਮੈਂ ਪਿਆਜ਼ ਪਾਵਾਂ ਇਹ ਲਸਣ ਅਦਰਕ ਮਿਲੀ ਲਾਲ ਹੋ ਗਈ ਹੈ ਦੇਖੋ ਹੁਣ ਮੈਂ ਪਿਆਜ਼ ਪਾਉਂਦੀ ਹਾਂ ਪਿਆਜ਼ ਪਾ ਕੇ ਇਹਨੂੰ ਮੈਂ ਲਾ ਕੇ ਦੋ ਚਾਰ ਮਿੰਟ ਭੁੰਨਣੀ ਆ ਮਸਾਲੇ ਨੂੰ ਹੁਣ ਟਮਾਟਰ ਵੀ ਮੈਂ ਗ੍ਰੈਂਡ ਕਰ ਲੈਂਦੀ ਹਾਂ ਅਤੇ ਟਮਾਟਰਾਂ 'ਚ ਮੈਂ ਮਿਰਚਾਂ ਵੀ ਵਿੱਚੇ ਗ੍ਰੈਂਡ ਕਰ ਲੈਂਦੀ ਇਕੱਠੀਆਂ ਜੋ ਗ੍ਰੈਂਡ ਕੀਤੇ ਨੇ ਟਮਾਟਰ ਤਾਂ ਫਿਰ ਬਹੁਤ ਵਧੀਆ ਸਬਜ਼ੀ ਤਰੀ ਬਣਦੀ ਆਪਣੀ ਮੋਟੀ ਮੋਟੀ ਗਾੜੀ ਗਾੜੀ ਇਹਦੇ ਟਮਾਟਰ ਦਾ ਐਂ ਵੀ ਚਲਾ ਮੁੱਢ ਜਿਹਾ ਕੱਢਦੀ ਹੈ ਹਮੇਸ਼ਾ ਹੀ ਹਰੀਆਂ ਮਿਰਚਾਂ ਵੀ ਮੈਂ ਇਕੱਠੀਆਂ ਗ੍ਰੈਂਡ ਕਰ ਲੈਂਦੀ ਹਾਂ ਮੈਂ ਉਲਟੇ ਹੱਥ ਨਾਲ ਕੱਟਣੀ ਹੈ ਸਮਾਨ ਖੱਬੇ ਹੱਥ ਨਾਲ ਅਗਰ ਪੁੱਠਾ ਹੱਥ ਚੱਲਦਾ ਨਾ ਮੇਰਾ ਜ਼ਿਆਦਾ ਲਾਉਣ ਅਸੀਂ ਟਮਾਟਰ ਹਰੀਆਂ ਮਿਰਚਾਂ ਗ੍ਰੈਂਡ ਕਰਦੇ ਤੁਹਾਨੂੰ ਦੱਸਦੇ ਹਾਂ ਗ੍ਰੈਂਡ ਕਰ ਲਿਆ ਉੱਧਰ ਮੈਂ ਕੜੀ ਪੱਤਾ ਮੈਂ ਪਾਉਣ ਲੱਗੀ ਹਾਂ ਕੜੀ ਪੱਤਾ ਅਸੀਂ ਪਹਿਲਾਂ ਵੀ ਪਾ ਸਕਦੇ ਹਾਂ ਜੀਰੇ ਦੇ ਨਾਲ ਹੀ ਫਿਰ ਇਸ ਕਰਕੇ ਬਾਅਦ 'ਚ ਪਾ ਰਹੀ ਹਾਂ ਇਹਦਾ ਫਲੇਵਰ ਵਧੀਆ ਹੈਗਾ ਫਿਰ ਜ਼ਿਆਦਾ ਸੜ ਜਾ ਥੋੜ੍ਹਾ ਹੋ ਜਾਂਦਾ ਅਤੇ ਕਿਹਾ ਇੱਕ ਪਾਸੇ ਕਰਕੇ ਨਾ ਭੁੱਜੇ ਦੇਣਾ ਤੇਲ ਆਲੂ ਮੈਂ ਕੱਟ ਲਏ ਨਾ ਲੰਮੇ ਲੰਮੇ ਪੀਸਾਂ 'ਚ ਆਲੂ ਮੈਂ ਇਸ ਕਰਕੇ ਪਾ ਰਹੀ ਹਾਂ ਜਿਹੜੀ ਗ੍ਰੇਵੀ ਹੈ ਵਧੀਆ ਬਣੇਗੀ ਮੋਟੀ ਸਬਜ਼ੀ ਚਨੇ ਆਪਣੇ ਨੇ ਛੋਲੇ ਛੋਲੇ ਤੁਸੀਂ ਗ੍ਰੈਂਡ ਵੀ ਪਾ ਸਕਦੇ ਹੋ ਥੋੜ੍ਹੇ ਜਿਹੇ ਤੁਹਾਡੀ ਮਰਜ਼ੀ ਕੁੱਟ ਕੇ ਪਾਉਣ ਵਾਸਤੇ ਨਾ ਜਿਵੇਂ ਕੁੰਡੀ 'ਚ ਕੁੱਟਦੇ ਨੇ ਥੋੜ੍ਹੇ ਜਿਹੇ ਕੁੱਟ ਕੇ ਪਾ ਲਓ ਪਰ ਮੈਂ ਕੁੱਟਣੇ ਨਹੀਂ ਹੈਗੇ ਮੈਂ ਇਸ ਵਾਰੀ ਆਲੂ ਤੋਂ ਪਾਏ ਨੇ
ਐਮਸ ਪੁੱਜ ਗਏ ਨੇ ਹੁਣ ਮੈਂ ਟਮਾਟਰ ਪਾਵਾਂਗੀ ਜੇ ਤਰੀ ਵਾਲੀ ਸਬਜ਼ੀ ਹੈ ਇਹ ਜ਼ਰੂਰ 5-10 ਮਿੰਟ ਲੱਗਦਾ ਮਸਾਲਾ ਭੁੱਜਣ ਤੇ ਫਿਰ ਸਬਜ਼ੀ ਬਹੁਤ ਵਧੀਆ ਬਣਦੀ ਜੇ ਤਰੀ ਮਿਕਸ ਹੋ ਜਾਂਦੀ ਮੋਟੀ ਚੰਗੀ ਤਰ੍ਹਾਂ ਹੁਣ ਮੈਂ ਹਲਦੀ ਪਾਉਂਦੀ ਹਾਂ ਅੱਧਾ ਚਮਚ ਹਲਦੀ ਦਾ ਜੇ ਚਾਹੋ ਤਾਂ ਤੁਸੀਂ ਨਮਕ ਹੁਣ ਵੀ ਪਾ ਲਓ ਭਾਵੇਂ ਬਾਅਦ 'ਚ ਵੀ ਪਾ ਸਕਦੇ ਹੋ ਮੈਂ ਹੁਣ ਨਾਲ ਹੀ ਮਸਾਲੇ 'ਚ ਪਾ ਲਾਂਗੀ ਅੱਧਾ ਚਮਚ ਅੱਧਾ ਮੈਂ ਛੋਲੀਆਂ 'ਚ ਪਾਇਆ ਘੱਟ ਵੱਧ ਹੋਏਗਾ ਦੁਬਾਰਾ ਪਾ ਸਕਦੇ ਹਾਂ ਮੇਥੀ ਵੀ ਥੋੜ੍ਹਾ ਜਿਹਾ ਮੈਂ ਮਸਾਲੇ 'ਚ ਪਾਣੀ ਪਾਵਾਂਗੀ ਕੜਛੀ ਸਾਰਾ ਮਸਾਲਾ ਮੇਰਾ ਚੰਗੀ ਤਰ੍ਹਾਂ ਜਿਹਾ ਮਿਕਸ ਹੋ ਜਾਏ ਭੁੱਜਣ ਟਮਾਟਰ ਇੱਕ ਦੋ ਮਿੰਟ ਬੰਦ ਕਰ ਦਿੰਦੀ ਹਾਂ ਕਿ ਹੁਣ ਮਸਾਲਾ ਮੇਰਾ ਗੈਸ ਮੈਂ ਘੱਟ ਕਰ ਦੇਣੀ ਥੋੜ੍ਹਾ ਜਿਹਾ ਫਿਰ 2 ਮਿੰਟ ਬਾਅਦ ਮੈਂ ਦੇਖ ਲਈ ਢੱਕਣ ਮਸਾਲਾ ਦੇਖਣੇ ਸੀ 3 ਮਿੰਟ ਹੋ ਗਏ ਨੇ ਆ ਦੇਖੋ ਕਿੰਨਾ ਸੋਹਣਾ ਤੇਲ ਆ ਗਿਆ ਨਾ ਉੱਪਰ ਮਸਾਲਾ ਸਾਡਾ ਭੁੱਜ ਗਿਆ ਤਾਂ ਚੰਗੀ ਤਰ੍ਹਾਂ ਪਿਆਜ਼ ਹਰੀ ਮਿਰਚ ਮਿਕਸ ਹੋ ਗਈ ਹੁਣ ਮੈਂ ਪਾਵਾਂਗੀ ਆਲੂ 10 ਮਿੰਟਾਂ ਦੇ ਵਿੱਚ ਮੈਂ ਮਸਾਲਾ ਚੰਗੀ ਤਰ੍ਹਾਂ ਭੁੱਜਦਾ ਫਿਰ ਕਿਉਂ ਤਰੀ ਅਸੀਂ ਬਣਾਉਣੀ ਹੈ ਸਬਜ਼ੀ ਗ੍ਰੇਵੀ ਫਿਰ ਬਹੁਤ ਵਧੀਆ ਬਣਦੀ ਪਤਾ ਨਹੀਂ ਲੱਗਦਾ ਜੇ ਕੱਚੇ ਪਿਆਜ਼ ਹੋਣ ਫਿਰ ਉੱਪਰ ਤਰਦੇ ਨੇ ਸਬਜ਼ੀ ਦੇ ਫਿਰ ਉਹ ਚੰਗੀ ਨਹੀਂ ਲੱਗਦੇ ਹੈਗੇ ਇਹ ਦੇਖੋ ਹੁਣ ਆਲੂ ਪਾਉਣ ਲੱਗੀ ਹਾਂ ਆਲੂ ਵੀ ਪਾ ਕੇ 2 ਮਿੰਟ ਭੁੰਨਾਂਗੀ ਥੋੜ੍ਹਾ ਜਿਹਾ ਮੈਂ ਲਾਲ ਚਿੱਲੀ ਪਾਊਡਰ ਪਾਵਾਂਗੀ ਕਲਰ ਵਾਸਤੇ ਨਾ ਬਹੁਤਾ ਨਹੀਂ ਗਰਮ ਮਸਾਲਾ ਮੈਂ ਬਾਅਦ 'ਚ ਪਾਉਂਦੀ ਹਾਂ ਅਤੇ ਪੀਸਾ ਹੋਇਆ ਧਨੀਆ ਮੈਂ ਪਾ ਦਿੰਦੀ ਨਾਲ ਦੇਖੋ ਮੈਂ ਲਾਵਾਂਗੀ ਮਸਾਲੇ ਦਾ ਕਲਰ ਜਿੱਦਾਂ ਰੈਸਟੋਰੈਂਟ 'ਚ ਬਣਦਾ ਆਲੂ ਦੇਖਣੇ ਆ ਮੇਰੇ ਗਲ ਗਏ ਕਿ ਨਹੀਂ ਮਸਾਲਾ ਕਿੰਨਾ ਸੋਹਣਾ ਬਣਿਆ ਆਲੂ ਕੱਚੇ ਸੀ ਨਾ ਮੈਂ ਕਿਹਾ ਦੇਖ ਲਵਾਂ 2 ਮਿੰਟ ਹੋ ਗਏ ਹੁਣ ਮੈਂ ਨਾਲ ਛੋਲੇ ਪਾ ਦੇਣੀ ਆ ਉਹ ਛੋਲੇ ਪਾਲੇ ਹੋਏ ਨਾ ਮੈਂ ਦੇਖ ਲਓ ਅਤੇ ਛੋਲੇ ਪਾ ਕੇ ਵੀ 2 ਮਿੰਟ ਭੁੰਨਾਂਗੇ ਮਸਾਲੇ ਨੂੰ ਫਿਰ ਮਿਕਸ ਹੋਏਗਾ ਲੂਣ ਮਿਰਚ ਸਬਜ਼ੀ ਤੁਸੀਂ ਮੇਰੇ ਤਰੀਕੇ ਨਾਲ ਜ਼ਰੂਰ ਟਰਾਈ ਕਰਿਆ ਕਰੋ ਘਰ ਦੇ ਵਿੱਚ ਬਣਾਇਆ ਕਰੋ ਬਣਾ ਕੇ ਖਾਇਆ ਕਰੋ ਅਤੇ ਫਿਰ ਮੈਨੂੰ ਕਮੈਂਟਾਂ 'ਚ ਲਿਖਿਆ ਕਰੋ ਵੀ ਤੁਹਾਡੀ ਸਬਜ਼ੀ ਤਾਂ ਇਸ ਤਰੀਕੇ ਨਾਲ ਬਣਾਈ ਹੈ ਅਤੇ ਬਹੁਤ ਸਵਾਦ ਬਣੀ ਹੈ ਫਿਰ ਸਾਨੂੰ ਪਤਾ ਲੱਗੇ ਵੀ ਸਾਡੀ ਹੈਲਪ ਕਿਸੇ ਨੂੰ ਮਿਲ ਸਕੇ ਟੱਕ ਚੁੱਕਾ ਦੇਖਦੇ ਹਾਂ ਅਸੀਂ 2 ਮਿੰਟ ਹੋ ਗਏ ਜੀ ਭੁੱਜਦਿਆਂ ਨੂੰ ਥੋੜ੍ਹਾ ਜਿਹਾ ਗੈਸ ਮੈਂ ਹੁਣ ਤੇਜ਼ ਕਰ ਦਿੰਦੀ ਹਾਂ ਇਹ ਸਾਰਾ ਪਾਣੀ ਹੀ ਸਾੜਨਾ ਮਸਾਲੇ ਦਾ ਭੁੱਜੀ ਸਾਡਾ ਚੰਗੀ ਤਰ੍ਹਾਂ ਜਦੋਂ ਨਾ ਮਸਾਲਾ ਭੁੱਜ ਗਿਆ ਫਿਰ ਮੈਂ ਗਲਾਸ ਪਾਣੀ ਦਾ ਪਾਵਾਂਗੀ ਜਿਹੜਾ ਛੋਲਿਆਂ ਵਾਲਾ ਤਰੀ ਬਣਾਉਣ ਵਾਸਤੇ 2-3 ਮਿੰਟ ਹੋਰ ਭੁੰਨਣੀ ਆ ਭੁੱਜ ਦੇ ਕਿੰਨੇ ਸੋਹਣੇ ਬਣਦੇ ਕਿੱਦਾਂ ਭੁੱਜਣ ਡੇ ਮਸਾਲਾ ਮਸਾਲਾ 5 ਮਿੰਟ ਸਾਡੇ ਚੰਗੀ ਤਰ੍ਹਾਂ ਛੋਲੇ ਮਿਕਸ ਹੋ ਗਏ ਆਲੂ ਛੋਲੇ ਆ ਦੇਖੋ ਮਸਾਲੇ ਦੇ ਵਿੱਚ ਹੁਣ ਮੈਂ ਪਾਉਣੀ ਇਹਦੇ 'ਚ ਪਾਣੀ 2 ਗਲਾਸ ਦੇ ਲਾਗੇ ਤਾਗੇ ਪਾਣੀ ਨਹੀਂ ਛੋਲਿਆਂ ਵਾਲਾ ਆ ਦੇਖ ਉਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਤਰੀ ਬਹੁਤੀ ਖਾਣੀ ਚਾਹੁੰਦੇ ਹੋਵੇ ਤਾਂ ਜ਼ਿਆਦਾ ਪਾ ਲਓ 2 ਗਲਾਸ ਪਾ ਲਓ ਜੇ ਤੁਹਾਡੀ ਮਰਜ਼ੀ ਹੈ ਤੁਸੀਂ ਮੋਟੀ ਖਾਣੀ ਸਬਜ਼ੀ ਅਤੇ ਘੱਟ ਪਾ ਲਓ ਅਤੇ ਸਬਜ਼ੀ ਆਇਆ ਕਿ ਨਹੀਂ ਡੋਰਾ ਕਿੱਦਾਂ ਜਿੱਦਾਂ ਰੈਸਟੋਰੈਂਟ 'ਚ ਹੁੰਦਾ ਉੱਥੇ ਮਸਾਲੇ ਬੜੇ ਪਾਉਂਦੇ ਪਰ ਅਸੀਂ ਮਸਾਲੇ ਨਹੀਂ ਪਾਏ ਫਿਰ ਵੀ ਠੀਕ ਭੁੰਨਿਆ ਮਸਾਲਾ ਪਿਆਜ਼ ਨੂੰ ਜ਼ਰੂਰ ਭੁੰਨਣਾ ਚਾਹੀਦਾ ਤਰੀ ਵਾਲੀ ਸਬਜ਼ੀ 'ਚ ਹੁਣ ਅਸੀਂ 10 ਮਿੰਟ ਬਣਾਉਣੀ ਹੋਰ ਰਿੰਨਣੀ ਚੰਗੀ ਤਰ੍ਹਾਂ ਜੋ ਸਾਡੇ ਚਨੇ ਆਲੂ ਗਲ ਗਏ ਫਿਰ ਅਸੀਂ ਤੁਹਾਨੂੰ ਦੱਸਦੇ ਹਾਂ ਉਹਨਾਂ ਨੂੰ ਬੰਦ ਕਰ ਦਿੰਦੇ ਘੱਟ ਕਰਕੇ ਹੌਲੀ 'ਤੇ ਸਿਮ ਸਿਮ 'ਤੇ ਬਣਾਉਂਦੇ ਹਾਂ ਕੋਲ ਮੈਂ ਧਨੀਆ ਧੋਨੇ ਕੱਟ ਕੇ ਰੱਖ ਲੈਂਦੀ ਹਾਂ ਢੱਕਣ ਚੁੱਕ ਦੇਣੀ ਆ ਸਬਜ਼ੀ ਮੇਰੀ ਬਣ ਕੇ ਤਿਆਰ ਹੋ ਗਈ ਹੈ ਮੈਂ ਗੈਸ ਬੰਦ ਕਰ ਦਿੰਦੀ ਹਾਂ 25-30 ਮਿੰਟ ਸਬਜ਼ੀ ਬਣੀ ਹੈ ਮੇਰੀ ਅਜੇ ਛੋਲੇ ਵੀ ਉਬਾਲੇ ਸੀ ਮੈਂ ਅਤੇ ਉਸ ਤੋਂ ਬਾਅਦ ਵੀ 25-30 ਮਿੰਟ ਲੱਗੇ ਨੇ ਅਤੇ ਫਿਰ ਸਬਜ਼ੀ ਅਸਲੀ ਬਣੀ ਹੈ ਮਜ਼ੇਦਾਰ ਦੇਖ ਕਿੰਨੀ ਮਜ਼ੇਦਾਰ ਸਬਜ਼ੀ ਬਣੀ ਹੈ ਮਸਾਲੇ ਵਾਲੀ ਹਾਂ ਸਬਜ਼ੀ ਦੇਖਿਆ ਕਲਰ ਇਸ
ਹੁਣ ਮੈਂ ਪਾਣੀ ਗਰਮ ਮਸਾਲਾ ਉਤਾ ਚਮਚ ਧਨੀਆ ਕਾਲੇ ਚਨੇ ਦੀ ਸਬਜ਼ੀ ਮੈਂ ਇਸ ਤਰੀਕੇ ਨਾਲ ਬਣਾਈ ਆਪਣੇ ਘਰ ਚ ਤੇ ਮੇਰੇ ਤਰੀਕੇ ਨਾਲ ਤੁਸੀਂ ਵੀ ਆਪਣੇ ਘਰ ਚ ਜ਼ਰੂਰ ਬਣਾਇਓ ਤੇ ਖਾਇਓ ਤੇ ਜੇ ਮੇਰੀ ਵੀਡੀਓ ਪਸੰਦ ਆਈ ਹੋਵੇ ਤੁਹਾਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਡੋਂਗੇ 'ਚ ਲੈ ਕੇ ਅਸੀਂ ਇੱਕ ਭਾਂਡਾ ਅਤੇ ਭਾਂਡੇ ਦੇ ਵਿੱਚ ਪਾਉਂਦੇ ਡੋਂਗੇ 'ਚ ਦੇਖੋ ਸਰਵ ਕਰਨੇ ਆ ਛੋਲਿਆਂ ਦੀ ਸਬਜ਼ੀ ਆ ਸਬਜ਼ੀ ਦੇਖੋ ਛੋਲਿਆਂ ਦੀ ਬਣ ਕੇ ਮੇਰੇ ਕਲਰ ਦੇਖੋ ਇਹਦਾ ਕਿੰਨੀ ਸੋਹਣੀ ਹੈ ਅਤੇ ਤੁਸੀਂ ਵੀ ਘਰ ਦੇ ਵਿੱਚ ਜ਼ਰੂਰ ਮੇਰੇ ਟਰਾਈ ਕਰਿਓ ਮੇਰੇ ਤਰੀਕੇ ਨਾਲ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਸ਼ੇਅਰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ